ਵੀ ਜਿਹੜੀਆਂ ਪੋਸਟਾਂ ਨੇ ਅਸੀਂ ਉਹਨਾਂ ਦੇ ਕੰਮ ਕਰ ਰਹੇ ਹਾਂ ਪਿਛਲੇ 15 18 20 ਸਾਲਾਂ ਤੋਂ ਵਿਭਾਗ ਨੇ ਉਹ ਖਾਲੀ ਦਿਖਾ ਕੇ ਉੱਪਰੋਂ ਸੈਨ ਕਰਵਾ ਲਈ ਉਹਨਾਂ ਤੋਂ ਵੀ ਖਾਲੀ ਪਈਆਂ ਨੇ ਹੁਣ ਸਾਡੇ ਨਾਲ ਇਹ ੱੱਕਾ ਕਰ ਰਹੀ ਹੈ ਸਰਕਾਰ ਉਹ ਸਾਨੂੰ ਮਿੱਠੀਆਂ ਗੋਲੀਆਂ ਦਿੰਦੇ ਨੇ ਤੁਹਾਨੂੰ ਅਸੀਂ ਉਧਰ ਕਰ ਦਾਂਗੇ ਪਹਿਲਾਂ ਪਿਛਲੇ ਸਾਨੂੰ 15 20 ਦਿਨਾਂ ਤੋਂ ਉਹੀ ਲਾਰਾ ਲਾਉਂਦੇ ਨੇ ਅੱਜ ਕਰਦੇ ਆਂ ਵਿਧਾਨ ਸਭਾ 'ਚ ਲੈ ਕੇ ਜਾਵਾਂਗੇ ਕੈਬਨਿਟ 'ਚ ਲੈ ਕੇ ਜਾਵਾਂਗੇ ਸਰਕਾਰ ਨੂੰ ਚੇਤਾਵਨੀ ਦਿੰਦੇ ਆਂ ਜੇ ਹੁਣ ਸਾਡੇ ਹੱਕਾਂ ਤੇ ਡਾਕਾ ਪਿਆ ਤਾਂ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਹੈਗੇ ਹੁਣ ਜਾਂ ਕਰੋ ਜਾਂ ਮਰੋ ਇਹ ਲੜਾਈ ਆ ਵੀ ਜੇ ਸਾਡਾ ਕੋਈ ਨੁਕਸਾਨ ਹੋਇਆ ਇਸ ਵਾਰੀ ਸਰਕਾਰ ਸਾਡੇ ਹੱਕਾਂ ਤੇ ਡਾਕਾ ਮਾਰੂਗੀ ਸਾਡੇ ਘਰਾਂ ਦੇ ਜਿਹੜੇ ਚੁੱਲ੍ਹੇ ਨੇ ਉਹਨਾਂ ਬੁਝਾਉਣ ਦੀ ਕੋਸ਼ਿਸ਼ ਕਰੂਗੀ ਤਾਂ ਅਸੀਂ ਕਿਸੇ ਵੀ ਹੱਦ ਤੱਕ ਜਾਨ ਨੂੰ ਤਿਆਰ ਆ ਤੇ ਜਿਹੜੀ ਜੰਨੀ ਸਰਕਾਰ ਕਹਿੰਦੀ ਐ ਅਸੀਂ ਘਰ ਘਰ ਰੋਜ਼ਗਾਰ ਦੇ ਰਹਿਆਂ ਲਾਰੇ ਲਾ ਰਹੀ ਆ ਅਸੀਂ ਇੰਨੇ ਟਾਈਮ ਤੋਂ ਰੋਜ਼ਗਾਰ ਤੇ ਲੱਗੇ ਵਿਆ ਨੂੰ ਕੱਢ ਰਹੀ ਆ ਅਸੀਂ ਮਨ ਬਣਾ ਲਿਆ ਜੇ ਇਸੇ ਤਰ੍ਹਾਂ ਲਾਰੇ ਲਾਉਂਦੇ ਰਹੇ ਫਿਰ ਇਹਦੇ ਤੁਹਾਨੂੰ ਆਉਣ ਵਾਲੇ ਇਲੈਕਸ਼ਨਾਂ 'ਚ ਬਹੁਤ ਸਿੱਟੇ ਭੁਗਤਨੇ ਪੈਣਗੇ ਗੇਸਟ ਫੈਕਲਟੀ ਐਸੋਸੀਏਸ਼ਨ ਸਹਾਇਕ ਪ੍ਰੋਫੈਸਰਾਂ ਦੀ ਜੋ ਐਸੋਸੀਏਸ਼ਨ ਆ ਪੂਰੇ ਪੰਜਾਬ ਪੱਧਰ ਤੇ ਅੱਜ ਵੱਡਾ ਪ੍ਰਦਰਸ਼ਨ ਕੀਤਾ ਗਿਆ ਰੋਸ ਮਾਰਚ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਸਰਕਾਰ ਤੋਂ ਜੋ ਵੀ ਮੰਗਾ ਨੇ ਉਹ ਮੰਨਵਾਉਣ ਲਈ ਲਗਾਤਾਰ ਜੇ ਗੈਸਟ ਸਹਾਇਕ ਪ੍ਰੋਫੈਸਰ ਫੈਕਲਟੀ ਐਸੋਸੀਏਸ਼ਨ ਦੀ ਗੱਲਬਾਤ ਕਰੀਏ ਤਾਂ ਪਿਛਲੇ 14 ਦਿਨਾਂ ਤੋਂ ਲਗਾਤਾਰ ਹੜਤਾਲ ਤੇ ਬੈਠੇ ਨੇ ਜਨਨਿਕ ਕਲਮ ਛੋੜ ਹੜਤਾਲ ਆ ਹਰ ਕਾਲਜ ਚ ਜਿੰਨੇ ਵੀ ਕਾਲਜਾਂ ਨੇ ਪੂਰੇ ਪੰਜਾਬ ਚ ਦੱਸੇ ਜਾਂਦੇ ਨੇ ਕਿ 906 ਪ੍ਰੋਫੈਸਰ ਨੇ ਜੋ ਪੂਰੇ ਪੰਜਾਬ ਦੇ ਵਿੱਚ ਹੜਤਾਲ ਚੱਲ ਰਹੀ ਹੈ ਤੇ ਵੱਡਾ ਪ੍ਰਦਰਸ਼ਨ ਜਨਾਬਾ ਵਿੱਚ ਕੀਤਾ ਸਾਡੇ ਨਾਲ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਦੇ ਪ੍ਰਧਾਨ ਹਰਮਿੰਦਰ ਸਿੰਘ ਡਿੰਪਲ ਮੌਜੂਦ ਨੇ ਡਿੰਪਲ ਜੀ ਕਿਹੜੀਆਂ-ਕਿਹੜੀਆਂ ਮੰਗਾਂ ਨੇ ਆਪਣੀ ਐਸੋਸੀਏਸ਼ਨ ਦੀਆਂ ਤੇ ਅੱਜ ਪ੍ਰਦਰਸ਼ਨ ਤੁਸੀਂ ਨਾਬਾ ਚ ਵੱਡਾ ਕੀਤਾ ਕੀ-ਕੀ ਮੰਗਾਂ ਦੇ ਆਧਾਰ ਤੇ ਕੀਤਾ ਸਾਡੀ ਇੱਕੋ ਮੰਗ ਹੈ ਜੀ ਵੀ ਜਿਹੜੀਆਂ ਇਹ ਸਰਕਾਰ ਨੇ ਪੋਸਟਾਂ ਕੱਢੀਆਂ ਨੇ ਇਹਨਾਂ ਦਾ ਜਿਹੜਾ ਨੋਟੀਫਿਕੇਸ਼ਨ ਆ ਉਹਨੂੰ ਰੱਦ ਕੀਤਾ ਜਾਵੇ ਸਭ ਤੋਂ ਪਹਿਲੀ ਸਾਡੀ ਇੱਕ ਮੰਗ ਆ ਵੀ ਜਿਹੜੀਆਂ ਪੋਸਟਾਂ ਨੇ ਅਸੀਂ ਉਹਨਾਂ ਤੇ ਕੰਮ ਕਰ ਰਹੇ ਹਾਂ ਪਿਛਲੇ 15 18 20 ਸਾਲਾਂ ਤੋਂ ਵਿਭਾਗ ਨੇ ਉਹ ਖਾਲੀ ਦਿਖਾ ਕੇ ਉੱਪਰੋਂ ਸਾਈਨ ਕਰਵਾ ਲਿਓ ਉਹਨਾਂ ਤੋਂ ਵੀ ਖਾਲੀ ਪਈਆਂ ਨੇ ਇਹ ਉਹ ਉਹ ਪੋਸਟਾਂ ਤੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਸਾਡੀ ਇੱਕੋ ਇੱਕ ਮੰਗ ਆ ਵੀ ਜਿੰਨੇ ਅਸੀਂ ਗੈਸਟ ਫੈਕਲਟੀ ਲੈਕਚਰਰਾਂ 906 ਅਸੀਂ ਆ 250 ਪਾਰਟ ਟਾਈਮਰ ਨੇ 11 ਕੰਟਰੈਕਟ ਲੈਕਚਰਰ ਨੇ ਇਹ ਸਾਰਿਆਂ ਨੂੰ ਬਿਨਾਂ ਸ਼ਰਤ ਤੋਂ ਪੱਕਾ ਕੀਤਾ ਜਾਵੇ ਉਸ ਤੋਂ ਬਾਅਦ ਜਿਹੜੇ ਖਾਲੀ ਪਈਆਂ ਪੋਸਟਾਂ ਨੇ 592 ਪੋਸਟਾਂ ਉਹਨਾਂ ਦੇ ਦੁਆਰੋਂ ਇਸ਼ਤਿਹਾਰ ਜਾਰੀ ਕੀਤਾ ਜਾਵੇ ਉਹਨਾਂ ਦੀ ਬੜੀ ਭਰਤੀ ਹੈ ਉਹ ਟੈਸਟ ਰਹੀਂ ਲੈਣ ਚਾਹੇ ਇੰਟਰਵਿਊ ਰਹੀਂ ਰਹਿਣ ਉਹ ਸਰਕਾਰ ਦੀ ਆਪਣੀ ਅਧਿਕਾਰ ਖੇਤਰ ਆ ਅਸੀਂ ਕਹਿੰਦੇ ਵੀ ਸਾਡੀਆਂ ਪੋਸਟਾਂ ਨੂੰ ਵਾਖ ਕਰਕੇ ਸਾਨੂੰ ਸਿੱਧਾ ਭਰਤੀ ਪੱਕਾ ਕੀਤਾ ਜਾਵੇ ਬਾਕੀ ਜਿਹੜੇ ਖਾਲੀ ਪੋਸਟਾਂ ਨੇ ਉਹਨਾਂ ਨੂੰ ਤੁਸੀਂ ਨਵੇਂ ਇਸਤਿਹਾਰ ਰਾਹੀਂ 592 ਪੋਸਟਾਂ ਭਰੀਆਂ ਜਾ ਸਕਦੀਆਂ ਨੇ ਉਹ ਜਾਇਜ਼ ਆ ਗੱਲ ਹੁਣ ਸਾਡੇ ਨਾਲ ਇਹ ਤੱਕਾ ਕਰ ਰਹੀ ਹੈ ਸਰਕਾਰ ਜਿੰਨੇ ਅਸੀਂ ਕੰਮ ਕਰ ਰਹੇ ਹਾਂ ਤੇ ਜਿੰਨੇ ਖਾਲੀ ਪਈਆਂ ਨੇ ਉਹ ਸਾਰੀਆਂ ਪੋਸਟਾਂ ਕੱਟਤੀਆਂ ਉਹਨਾਂ ਨੇ ਤਾਂ ਕਿ ਸਾਨੂੰ ਬਾਹਰ ਦਾ ਰਸਤਾ ਦਿਖਾ ਦਿਖਾਉਣ ਦੀ ਤਿਆਰੀ ਚਾਹੋ ਬਿਲਕੁਲ ਨਹੀਂ ਵੈਸੇ ਨਵੇਂ ਮੁੱਖ ਮੰਤਰੀ ਬਣੇ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕਿਹਾ ਕਿ 36000 ਜੋ ਵੀ ਠੇਕਾਦਾਰੀ ਸਿਸਟਮ ਆ ਨੇ ਜਾਂ ਉਹ ਮੁਲਾਜ਼ਮ ਨੂੰ ਪੱਕੇ ਕਰਾਂਗੇ ਉਹਦੇ ਵਿੱਚ ਤੁਹਾਡੀ ਯੂਨੀਅਨ ਜਾਂ ਇਹ ਆ ਰਹੀ ਆ ਹਾਂ ਜਿਹੜੇ ਉਹ ਪਿਛਲਾ ਐਕਟ ਸੀ ਉਹ 2016 ਚ ਵੀ ਸੀਗਾ ਉਦੋਂ ਹੀ ਬੁਰੀ ਤਰ੍ਹਾਂ ਉਹ ਫੇਲ ਹੋ ਗਿਆ ਸੀ ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਹੁਨਤਾਈਆਂ ਨੇ ਤੇ ਉਹ ਟੈਕਨੀਕਲੀ ਇਸ ਵਾਰ ਵੀ ਫੇਲ ਹੋ ਜਾਊਗਾ ਟੈਸਟ ਉਹ ਬਾਕੀ ਸਾਡੀ ਸਾਡੀ ਆਉਣ ਦੀ ਗੱਲ ਅਸੀਂ ਉਹਨਾਂ ਵਿੱਚ ਨਹੀਂ ਆ ਰਹੇ ਕਿਉਂ ਅਬ ਸੀ ਤੇ ਡੀ ਦੀਆਂ ਪੋਸਟਾਂ ਨੇ ਜਿਹੜੇ ਸਾਡੀਆਂ ਪੋਸਟਾਂ ਨੇ ਉਹ ਕਲਾਸ 1 ਦੀਆਂ ਪੋਸਟਾਂ ਨੇ ਉਹ ਏ ਕਲਾਸ ਚ ਆਉਂਦੀਆਂ ਨੇ ਏ ਕਲਾਸ ਦੀਆਂ ਪੋਸਟਾਂ ਇਸ ਐਕਟ ਦੇ ਵਿੱਚ ਜਿਹੜਾ 33000 ਉਹ ਚ ਨਹੀਂ ਆਉਂਦੀਆਂ ਇਹ ਸਰਕਾਰ ਨੂੰ ਵੀ ਪਤਾ ਉਹ ਸਾਨੂੰ ਮਿੱਠੀਆਂ ਗੋਲੀਆਂ ਦਿੰਦੇ ਨੇ ਤੁਹਾਨੂੰ ਅਸੀਂ ਉਧਰ ਕਰ ਦਾਂਗੇ ਪਹਿਲਾਂ ਪਿਛਲੇ ਸਾਨੂੰ 15 20 ਦਿਨਾਂ ਤੋਂ ਉਹੀ ਲਾਰਾ ਲਾਉਂਦੇ ਰਿਹਾ ਅੱਜ ਕਰਦੇ ਆਂ ਵਿਧਾਨ ਸਭਾ 'ਚ ਲੈ ਕੇ ਜਾਵਾਂਗੇ ਕੈਬਨਿਟ 'ਚ ਲੈ ਕੇ ਜਾਵਾਂਗੇ ਉਹ ਉਹਦੇ ਵਿੱਚ ਸਾਡਾ ਕੋਈ ਸਾਡਾ ਬੈਨੀਫਿਟ ਨਹੀਂ ਹੈਗਾ ਉਹਨਾਂ 'ਚ ਕੋਈ ਨਾਂ ਅਸੀਂ ਆ ਸਕਦੇ ਉਹਨਾਂ 'ਚ ਤੇ ਜੇ ਸਾਨੂੰ ਸਰਕਾਰ ਨੇ ਪੱਕਾ ਕਰਨਾ ਜੇ ਉਹਨਾਂ ਦੀ ਮਨਸ਼ਾ ਸਾਨੂੰ ਸਹੀ ਆ ਤਾਂ ਉਹ ਸਾਨੂੰ ਪੱਕਾ ਕਰ ਸਕਦੀ ਆ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਜੇ ਸਰਕਾਰ ਦੀ ਮਨਸ਼ਾ ਸਹੀ ਹੋਵੇ ਪਰ ਜਿਹੜੇ ਅਫਸਰ ਨੇ ਉਹ ਆਪਣੀਆਂ ਗੁੰਡੀਆਂ ਪਾ ਕੇ ਗੱਲ ਨੂੰ ਹੋਰ ਪਾਸੇ ਲੈ ਜਾਂਦੇ ਨੇ ਮੰਤਰੀਆਂ ਨੂੰ ਉਹ ਓਵਰ ਪਾਵਰ ਵਰਤ ਕੇ ਉਹ ਖਰਾਬ ਕਰਦੇ ਨੇ ਇਸ ਲਈ ਹੁਣ ਜੇ ਅਸੀਂ ਕਹਿੰਨੇ ਪੱਕੇ ਕਿਵੇਂ ਹੋਵਾਂਗੇ ਸਾਡੀ ਇੱਕੋ ਇੱਕ ਮੰਗ ਆ ਸਰਕਾਰ ਤੋਂ ਵੀ ਜਿੰਨੇ ਅਸੀਂ ਕੰਮ ਕਰ ਰਹੇ ਆ ਚਾਹੇ ਉਹ ਗੈਸਟ ਫੈਕਲਟੀ ਨੇ ਚਾਹੇ ਪਾਰਟ ਟਾਈਮ ਨੇ ਚਾਹੇ ਕੰਟਰੈਕਟ ਲੈਕਚਰਰ ਨੇ ਉਹਨਾਂ ਨੂੰ ਵੱਖ ਕਰਕੇ ਬਾਕੀ ਅਗਰ ਕਿਉਂ ਨਾ ਡਾਇਨ ਕਾਡਰ ਸਥਾਪਿਤ ਕਰਨਾ ਚਾਹੀਦਾ ਜੋ ਪਿਛਲੇ ਸਰਕਾਰਾਂ ਚ ਵੀ ਹੁੰਦਾ ਰਿਹਾ ਸਕੂਲ ਸਿੱਖਿਆ ਜ 98 ਚ ਹੋਇਆ ਸੀਗਾ ਵੀ ਜਿਹੜੇ ਸਰਕਾਰ ਨੇ ਬੰਦੇ ਰੱਖ ਲਏ ਕਿਸੇ ਕਾਰਨ ਕਰਕੇ ਰੱਖ ਲਏ ਕੋਈ ਮਜਬੂਰੀ ਹੁੰਦੀ ਹੈ ਸਰਕਾਰਾਂ ਦੀ ਉਹ ਭਰਤੀ ਨਹੀਂ ਕਰ ਸਕਦੇ ਜਿਵੇਂ ਸਾਡੇ ਵਿਭਾਗ ਦੇ ਰਹੀ ਹੈ ਸਾਡੀ 20 ਸਾਲ ਤੋਂ ਭਰਤੀ ਨਹੀਂ ਹੋਈ ਹੈਗੀ ਬੱਚਿਆਂ ਨੂੰ ਪੜਾਉਣ ਵਾਸਤੇ ਟੀਚਰਾਂ ਦੀ ਲੋੜ ਸੀਗੀ ਉਹ ਹੌਲੀ 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 ਕਰਦੇ ਸਾਨੂੰ ਰੱਖਦੇ ਗਏ ਉਸ ਤੋਂ ਬਾਅਦ ਕਿਸੇ ਟਾਈਮ ਉਹਨੂੰ ਬੰਦ ਕਰਕੇ ਇੱਕ ਪਾਸੇ ਕਰਕੇ ਉਹਨੂੰ ਡਾਈਨ ਕਾਡਰ ਸਥਾਪਿਤ ਕਰ ਦਨ ਤੇ ਜਿੰਨੀਆਂ ਖਾਲੀ ਪਈਆਂ ਨੇ 591 ਪੋਸਟਾਂ ਉਹਨਾਂ ਤੇ ਨਵਾਂ ਇਸਤਿਹਾਰ ਦੇ ਕੇ ਬੰਦੇ ਨਵੇਂ ਰੱਖ ਲੈਣ ਜਿਹੜਾ ਸਾਡੇ ਚ ਰਿਟਾਇਰ ਹੋਈ ਜਾਊਗਾ ਉਹ ਪੋਸਟ ਖਾਲੀ ਹੋਈ ਜਾਊ ਉਹਨੂੰ ਸਿੱਧੀ ਭਰਤੀ ਨਾਲ ਭਰੀ ਜਾਣਾ ਇਹ ਤਾਂ ਹੈਗਾ ਪੱਕਾ ਹੱਲ ਜੇ ਸਰਕਾਰ ਕਰਨਾ ਚਾਹੁੰਦੀ ਆ ਜੇ ਸਰਕਾਰ ਦੀ ਮਨਸਾ ਨਹੀਂ ਹੈਗੀ ਕੁਝ ਕਰਨ ਦੀ ਫਿਰ ਉਹ ਪੁੱਠੀਆਂ ਸਿੱਧੀਆਂ ਚਿੱਠੀਆਂ ਕੱਢ ਰਹੀ ਆ ਜਿਵੇਂ ਪਿਛਲੇ ਮਹੀਨੇ ਤੋਂ ਕੱਢ ਰਹੀ ਆ ਜਾਂ ਇਧਰੋਂ ਤੋਰ ਦਾਂਦੀ ਆ ਉਧਰੋਂ ਤੋਰ ਦਾਂਦੀ ਆ ਉਹਦੇ ਨਾਲ ਸਾਡਾ ਕੋਈ ਹੱਲ ਨਹੀਂ ਹੋਣਾ ਜੇ ਸਾਡਾ ਇਸ ਵਾਰੀ ਹੱਲ ਨਾ ਹੋਇਆ ਅਸੀਂ ਤੁਹਾ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਜੇ ਹੁਣ ਸਾਡੇ ਹੱਕਾਂ ਤੇ ਡਾਕਾ ਪਿਆ ਤਾਂ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਹੈਗੇ ਹੁਣ ਜਾਂ ਕਰੋ ਜਾਂ ਮਰੋ ਇਹ ਲੜਾਈ ਆ ਇਹ ਅਸੀਂ ਸਿੱਖਿਆ ਮੰਤਰੀ ਸਾਹਿਬ ਨੂੰ ਵੀ ਕਹਿ ਰਹੇ ਆ ਸੀਐਮ ਸਾਹਿਬ ਨੂੰ ਵੀ ਇਹ ਸਟੇਜ ਤੋਂ ਬਿਆਨ ਦੇ ਰਹੇ ਆ ਵੀ ਜੇ ਸਾਡਾ ਕੋਈ ਨੁਕਸਾਨ ਹੋਇਆ ਇਸ ਵਾਰੀ ਸਰਕਾਰ ਸਾਡੇ ਹੱਕਾਂ ਤੇ ਡਾਕਾ ਮਾਰੂਗੀ ਸਾਡੇ ਘਰਾਂ ਦੇ ਜਿਹੜੇ ਚੁੱਲ੍ਹੇ ਨੇ ਉਹਨਾਂ ਬੁਝਾਉਣ ਦੀ ਕੋਸ਼ਿਸ਼ ਕਰੂਗੀ ਤਾਂ ਅਸੀਂ ਕਿਸੇ ਵੀ ਹੱਦ ਤੱਕ ਜਾਨ ਨੂੰ ਤਿਆਰ ਆ ਇਹਦੇ 'ਚ ਕੋਈ ਦੋਰਾਈ ਨਹੀਂ ਹੈਗੀ ਅਸੀਂ ਜੇ ਇਕੱਲੇ ਆ ਪਰ ਸਾਨੂੰ ਅੱਜ ਜਿਹੜਾ ਸਾਡਾ ਇਹ ਸਾਂਝ ਐਕਸ਼ਨ ਸੀਗਾ ਇਹ ਬੀਕੇ ਜੂ ਅਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਅਗਰਾਹਾਂ ਜੀ ਵਿੱਚ ਮੌਜੂਦ ਨੇ ਉਹ ਉਹਨਾਂ ਨੇ ਵੀ ਕਿਹਾ ਵੀ ਜੇ ਤੁਹਾਡੇ ਨਾਲ ਧੱਕਾ ਹੋਇਆ ਤਾਂ ਅਸੀਂ ਸਰਕਾਰ ਦੀ ਇਟਨਾਟ ਖੜਕਾ ਦਾਂਗੇ ਜੇ ਸਾਨੂੰ ਕੋਈ ਲੱਗਿਆ ਵੀ ਸਰਕਾਰ ਕੱਢਣ ਜਾ ਰਹੀ ਹੈ ਜਾਂ ਕੱਢੂਗੀ ਤਾਂ ਆਪਾਂ ਰਲ ਕੇ ਦੋਨੇ ਵੱਡੇ ਵੱਡੇ ਐਕਸ਼ਨ ਕਰਾਂਗੇ ਇਹ ਨਾਬੇ 'ਚ ਅਸੀਂ ਪਹਿਲਾ ਐਕਸ਼ਨ ਸਾਡਾ ਸਾਂਝ ਐਕਸ਼ਨ ਇਸ ਤੋਂ ਬਾਅਦ ਅਸੀਂ ਅਗਲਾ ਪ੍ਰਗਟ ਸਿੰਘ ਦੇ ਵੀ ਕਰਾਂਗੇ ਸੀਐਮ ਚੰਨੀ ਦੇ ਵੀ ਏਰੀਆ 'ਚ ਕਰਾਂਗੇ ਵਕ ਵਕ ਜਿੱਥੇ ਸਾਨੂੰ ਲੱਗੂ ਸਰਕਾਰ ਦੀ ਨਵਜਤ ਬਣੀ ਅਸੀਂ ਨੇ ਜਿੱਥੇ ਉਹਨਾਂ ਦਾ ਦਿਲ ਕੰਬਦਾ ਉੱਥੇ ਅਸੀਂ ਇਹ ਧਰਨੇ ਨੂੰ ਪੰਜਾਬ ਲੈਵਲ ਤੇ ਇਕੱਠੇ ਹੋ ਕੇ ਜ਼ਬਰਦਸਤ ਤਰੀਕੇ ਨਾਲ ਲਾਵਾਂਗੇ ਤੇ ਜਿਹੜੀ ਚੰਨੀ ਸਰਕਾਰ ਕਹਿੰਦੀ ਹੈ ਅਸੀਂ ਘਰ ਘਰ ਰੋਜ਼ਗਾਰ ਦੇ ਰਹੇ ਹਾਂ ਲਾਰੇ ਲਾ ਰਹੀ ਆ ਅਸੀਂ ਇੰਨੇ ਟਾਈਮ ਤੋਂ ਰੋਜ਼ਗਾਰ ਤੇ ਲੱਗੇ ਵਿਆ ਨੂੰ ਕੱਢ ਰਹੀ ਆ ਇਹ ਲੋਕਾਂ ਨੂੰ ਜਾ ਕੇ ਦੱਸਾਂਗੇ ਤਾਂ ਕਿ ਸਰਕਾਰ ਦੀ ਜੋ ਅਸਲੀ ਨੀਅਤ ਆ ਜੋ ਅਸਲੀ ਸਰਕਾਰ ਦਾ ਚਿਹਰਾ ਉਹ ਲੋਕਾਂ ਸਾਹਮਣੇ ਲੈ ਕੇ ਆਵਾਂਗੇ ਪੈਸੇ ਡਿੰਪਲ ਜੀ ਜੇ ਗੱਲ ਕਰੀਏ ਜੋ ਗੈਸਟ ਫੈਕਲਟੀ ਇਹ ਬਣੀਆ ਕਿੰਨੇ ਸਾਲ ਤੋਂ ਮਤਲਬ ਸ਼ੁਰੂ ਹੋਏ ਤੇ ਜੋ ਵੀ ਸਾਰੇ ਪ੍ਰੋਫੈਸਰ ਨੇ ਉਹਨਾਂ ਦਾ ਪੇਸਕੇਲ ਇੱਕਾ ਹੋਣਾ ਅੱਜ ਹਾਂਜੀ ਇਹ 2002 ਤੋਂ ਗੈਸਟ ਫੈਕਲਟੀ ਰੱਖਣਾ ਸ਼ੁਰੂ ਹੋਏ ਸੀਗੇ ਉਸ ਤੋਂ ਪਹਿਲਾਂ ਪਾਰਟ ਟਾਈਮ ਲੈਕਚਰਰ ਕੰਮ ਕਰਦੇ ਸੀ ਡੇਢ ਸਾਲ ਪਾਰਟ ਟਾਈਮ ਲੈਕਚਰ ਕਰੇ ਨੇ ਜਿਨ੍ਹਾਂ ਦੀ ਗਿਣਤੀ 250 ਦੱਸੀਆ ਤੁਹਾਨੂੰ ਮੈਂ ਉਸ ਤੋਂ ਬਾਅਦ 2002 ਤੋਂ ਬਾਅਦ ਸਰਕਾਰ ਨੇ ਆਪਦੇ ਫਾਈਨੈਂਸ਼ਲੀ ਬੋਝ ਲਾਉਣ ਵਾਸਤੇ ਐਈ ਅਫਸਰਾਂ ਨੇ ਚਲਾਕੀ ਕੀਤੀ ਉਹਦੋਂ ਵੀ ਵੀ ਸਰਕਾਰ ਕੋਈ ਪੈਸਾ ਨਾ ਦੇਵੇ ਪੀਟੀਓ ਚੋਂ ਰੱਖਣਾ ਸ਼ੁਰੂ ਕਰਤੇ ਹੌਲੀ ਹੌਲੀ ਜੋ ਜੋ ਹੈ ਅੱਗੇ ਵਧਦਾ ਗਿਆ 2002 ਤੋਂ ਲੈ ਕੇ ਇਹ 2016 ਤੱਕ 17 ਤੱਕ ਵੀ ਇਹ ਬੰਦੇ ਰੱਖੇ ਗਏ ਨੇ ਉਸ ਤੋਂ ਬਾਅਦ ਇਹ ਰੱਖਣੇ ਬੰਦ ਕਰਤੇ ਇਸ ਲਈ ਇਹ ਹੌਲੀ-ਹੌਲੀ ਹੌਲੀ ਕਰਦੇ ਕਰਦੇ ਜੋ-ਜੋ ਪੋਸਟਾਂ ਖਾਲੀ ਹੋਈ ਗਈਆਂ ਨਵੀਂ ਭਰਤੀ ਕੀਤੀ ਨਹੀਂ ਸਾਨੂੰ ਗੈਸਟ ਫਿਕਲਟੀ ਰੱਖਿਆ ਗਿਆ ਪਹਿਲਾਂ ਇਹ ਸਾਨੂੰ 175 ਰੁਪਏ ਘੰਟਾ ਦਿੰਦੇ ਸੀਗੇ ਵੱਧ ਤੋਂ ਵੱਧ 7000 ਰੁਪਿਆ ਉਸ ਤੋਂ ਬਾਅਦ ਅਸੀਂ ਐਜੀਟੇਸ਼ਨ ਕੀਤਾ 11 'ਚ ਤਾਂ ਸਾਨੂੰ 10000 ਕਰਤਾ ਉੱਕਾ-ਪੁੱਕਾ ਤੇ 5% 10% ਵਾਧਾ ਲਾਤਾ ਫਿਰ ਅਸੀਂ 16 'ਚ ਐਜੀਟੇਸ਼ਨ ਕੀਤਾ ਉਦੋਂ ਸਾਡੀ ਇਹਨਾਂ ਦੀ ਬੇਸਿਕ ਤਨਖਾਹ ਕਰਤੀ 21600 ਔਰ ਇਹ ਜੋ 11600 ਪੀਟੀਏ ਦੇ ਰਿਆ ਸੀਗਾ ਤੇ ਸਿਰਫ 10000 ਸਰਕਾਰ ਦਿੰਦੀ ਆ ਉਹ ਵੀ ਥਰੂ ਪੀਟੀਏ ਫਿਰ ਉਸ ਤੋਂ ਬਾਅਦ ਹੁਣ ਸਾਡਾ ਜਿਹੜਾ ਸੀਗਾ ਵੀ ਉਹ ਸਟੇ ਟੁੱਟ ਗਈ ਜਿਹਦੇ ਪਿੱਛੇ ਸਾਨੂੰ ਰੱਖਿਆ ਗਿਆ ਸੀ ਹੁਣ ਸਰਕਾਰ ਨੂੰ ਚਾਹੀਦਾ ਸੀ ਵੀ ਅਸੀਂ ਇੰਨੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਅਸੀਂ ਉਹ ਟਾਈਮ ਸਰਕਾਰੀ ਕਾਲਜਾਂ ਦਾ ਡੰਗ ਸਾਰੇ ਆ ਜਦੋਂ ਸਰਕਾਰੀ ਕਾਲਜਾਂ ਨੂੰ ਕੋਈ ਝਾਕਦਾ ਵੀ ਨਹੀਂ ਸੀ ਇੱਕ ਦਿਹਾੜੀਦਾਰ ਦੀ ਤਨਖਾਹ ਸਾ ਤੋਂ ਦਿਹਾੜੀ ਸਰ ਤੋਂ ਵੱਧ ਹੁੰਦੀ ਸੀ ਆ ਸਾਡੀ ਉਹ ਤੋਂ ਘੱਟ ਸੀ ਇੱਕ ਆਸ ਸੀਗੀ ਇੱਕ ਉਮੀਦ ਸੀਗੀ ਵੀ ਸਾਨੂੰ ਸਰਕਾਰ ਕਦੇ ਨਾ ਕਦੇ ਮੌਕਾ ਆਣ ਤੇ ਪੱਕਾ ਕਰੂਗੀ ਇਹੀ ਆਸ 'ਚ ਅਸੀਂ ਅਬਦਾ ਇਹ ਕੰਮ ਚਲਾ ਰਹੇ ਸੀਗੇ ਆਪਦੀ ਮਿਹਨਤ ਨਾਲ ਅਸੀਂ ਇਹ ਜਿਹੜੀ ਸਰਕਾਰੀ ਸੰਸਥਾ ਨੇ ਸਰਕਾਰੀ ਕਾਲਜ ਨੇ ਉਹਨਾਂ ਨੂੰ ਅਸੀਂ ਜਿਉਂਦਾ ਰੱਖਿਆ ਹੁਣ ਮੌਕਾ ਸੀ ਪੱਕਾ ਕਰਨ ਦਾ ਉੱਥੋਂ ਇਹ ਅਫਸਰਾਂ ਨੇ ਨਵੀਆਂ ਨੀਤੀਆਂ ਘੜਤੀਆਂ ਵੀ ਵਿੜੇ ਬੰਦੇ ਪੱਕੇ ਕਰਨੇ ਨੇ ਉਹ ਥਰੂ ਟੈਸਟ ਲਣਾ ਹਣਾ ਉਹ ਟੈਸਟ ਸਾਰਿਆਂ ਸਾਡੇ ਤੋਂ ਹੀ ਅਲੱਗ ਕਰਤਾ ਵੀ ਤੁਸੀਂ ਟੈਸਟ ਦੇ ਕੇ ਆਓ ਅਸੀਂ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਵੀ ਅਸੀਂ ਕੋਈ ਟੈਸਟ ਨਹੀਂ ਦੇਣਾ ਹੈਗਾ ਅਸੀਂ ਟੈਸਟ ਦੇ ਬਿਲਕੁਲ ਖਿਲਾਫ ਆ ਅਸੀਂ ਜਦੋਂ ਆਏ ਸੀਗੇ ਅਸੀਂ ਪ੍ਰੋਪਰ ਪ੍ਰਕਿਰਿਆ ਨਾਲੇ ਆਏ ਆ ਹੁਣ ਸਾਨੂੰ ਇੰਨਾ ਸਮਾਂ ਤੁਸੀਂ ਨੌਕਰੀਆਂ ਚ ਸੇਵਾਵਾਂ ਲੈ ਕੇ ਯੂਜਨ ਥਰੋ ਵਾਲੀ ਗੱਲ ਕਰ ਰਹੀ ਹੈ ਵੀ ਵਰਤੋਂ ਸਿੱਟੋ ਹੁਣ ਅਸੀਂ ਇਸ ਲਾਇਕ ਵੀ ਨਹੀਂ ਹੈ ਕਿ ਅਸੀਂ ਕਿਤੇ ਜਾ ਕੇ ਹੋਰ ਕੰਮ ਵੀ ਕਰ ਸਕੀਏ ਸਾਡੇ ਬੰਦਿਆਂ ਦੇ ਇਹ ਆਰਥਿਕ ਮੈਂਟਲੀ ਬਹੁਤ ਪ੍ਰੈਸ਼ਰ ਆ ਨਾ ਤਾਂ ਅਸੀਂ ਟੈਸਟ ਦੀ ਤਿਆਰੀ ਕਰ ਸਕਦੇ ਆ ਤੇ ਨਾ ਹੀ ਅਸੀਂ ਬੱਚੇ ਪੜਾ ਸਕਦੇ ਆ ਤੇ ਨਾ ਹੀ ਪਰਿਵਾਰ ਪਾਲ ਸਕਦੇ ਆ ਕਿਉਂਕਿ ਹੁਣ ਤਾਂ ਲੜਾਈ ਰੋਟੀ ਦੀ ਹੋਈ ਵੀ ਆ ਜੇ ਜਨਨ ਕਿ ਜੇ ਹੜਤਾਲ ਦੀ ਗੱਲ ਕਰੀਏ ਹੜਤਾਲ ਤੁਹਾਡੀ ਲਗਾਤਾਰ ਜਾਰੀ ਰਹੂ ਐਵੇਂ ਹੀ ਚੱਲੂਗੀ ਹੜਤਾਲ ਬਿਲਕੁਲ ਐਂਡ ਤੱਕ ਜਾਰੀ ਰਹੂਗੀ ਇਹ ਸਾਡਾ ਇਹ ਬਿਲਕੁਲ ਤੈਅ ਕਰ ਲਿਆ ਸੀ ਨੇ ਇੱਕ ਤਰੀਕ ਤੋਂ ਅਸੀਂ ਪੱਕੇ ਬੈਠ ਗਏ ਆ ਜਿੰਨਾ ਚਿਰ ਸਰਕਾਰ ਹੱਲ ਨਹੀਂ ਕਰਦੀ ਹੜਤਾਲ ਸਾਡੀ ਜਾਰੀ ਰਹੂਗੀ ਉਸ ਤੋਂ ਬਾਅਦ ਵੱਡੇ ਵੱਡੇ ਜਿਹੜੇ ਐਕਸ਼ਨ ਨੇ ਉਹ ਲੀਕ ਕੇ ਜਾਣਗੇ ਇਹ ਪਹਿਲਾ ਇਲੈਕਸ਼ਨ ਜਨਾਬੇ ਜਿਹੜਾ ਸਾਡਾ ਸਾਂਝਾ ਸੀਗਾ ਇਸ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਅਸੀਂ ਜਾ ਕੇ ਸਰਕਾਰ ਨੂੰ ਜਿੱਥੇ ਸਰਕਾਰ ਦਾ ਦਿਲ ਕੰਬਦਾ ਉੱਥੇ ਜਾ ਕੇ ਅਸੀਂ ਵੱਡੇ ਵੱਡੇ ਧਰਨੇ ਲਾਵਾਂਗੇ ਬਿਲਕੁਲ ਇਹ ਹੜਤਾਲ ਪੂਰੇ ਪੰਜਾਬ ਦੇ ਕਾਲਜਾਂ ਚੱਲ ਰਹੀ ਹੈ ਜਿੰਨੇ ਵੀ ਤੁਹਾਡੇ ਉੱਥੇ ਗੈਸਟ ਫੈਕਲਟੀ ਸਾਡੇ 48 ਕਾਲਜ ਨੇ ਸਰਕਾਰੀ ਇਹ ਸਾਰੇ ਕਾਲਜਾਂ ਦੇ ਹੜਤਾਲ ਚੱਲ ਰਹੀ ਹੈ ਸਾਰੇ ਕਾਲਜ ਪਿਛਲੇ ਇੱਕ ਤਰੀਕ ਤੋਂ ਬਿਲਕੁਲ ਬੰਦ ਪਏ ਨੇ ਬੱਚਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਪਰ ਸ੍ਰੀ ਸਰਕਾਰ ਉਹ ਗੁੰੰਗੀ ਬੋਲੀ ਹੋਈ ਬੈਠੀ ਆ ਉਹ ਡੰਗ ਟਟਵਾਰੀ ਇਹ ਵੀ ਅੱਜ ਹਟਣਗੇ ਕੱਲ ਨੂੰ ਹਟਣਗੇ ਕਦੇ ਚਿੱਠੀ ਕਿੱਧਰੋਂ ਤੋੜ ਦੰਦੇ ਨੇ ਕਿ ਚਿੱਠੀ ਕਿੱਧਰੋਂ ਤੋੜ ਦੰਦੇ ਨੇ ਟਿਕ ਜਾਣਗੇ ਪਰ ਉਹਨਾਂ ਦੀ ਮਨਸ਼ਾ ਸਾਫ਼ ਨਹੀਂ ਹੈਗੀ ਅਸੀਂ ਇੱਕ ਮਨ ਬਣਾ ਲਿਆ ਇਹ ਅਸੀਂ ਤੁਹਾਨੂੰ ਅੱਜ ਮੀਡੀਆ ਰਾਹੀਂ ਦੱਸ ਰਹੇ ਹਾਂ ਸਰਕਾਰ ਨੂੰ ਵੀ ਚੇਤਾਵਨੀ ਦੇ ਰਹੇ ਹਾਂ ਅਸੀਂ ਮਨ ਬਣਾ ਲਿਆ ਜੇ ਇਸੇ ਤਰ੍ਹਾਂ ਲਾਰੇ ਲਾਉਂਦੇ ਰਹੇ ਫਿਰ ਇਹ ਤੁਹਾਨੂੰ ਆਉਣ ਵਾਲੇ ਇਲੈਕਸ਼ਨਾਂ 'ਚ ਬਹੁਤ ਸਿੱਟੇ ਭੁਗਤਨੇ ਪੈਣਗੇ ਅਸੀਂ ਉਹ ਪ੍ਰੋਫੈਸਰਾਂ ਜਿਹੜੇ ਅਸੀਂ ਸਿੱਧਾ ਸਾਡਾ ਬਾਹ ਵਿਦਿਆਰਥੀਆਂ ਨਾਲ ਵਿਦਿਆਰਥੀ ਬੱਚਿਆਂ ਨਾਲ ਨਹੀਂ ਜੰਗ ਜਨਰੇਸ਼ਨ ਨਾਲ ਜਿਹਨਾਂ ਦੀ ਵੋਟਾਂ ਨੇ ਅਸੀਂ ਦੱਸਾਂਗੇ ਸਰਕਾਰ ਦੀਆਂ ਪਾਲਿਸੀਆਂ ਕੀ ਨੇ ਘਰ ਘਰ ਜਾ ਕੇ ਅਸੀਂ ਇਹ ਪ੍ਰਚਾਰ ਕਰਾਂਗੇ ਗਾਹਾਂ ਬੱਚਿਆਂ ਦੀ ਟੀਮਾਂ ਬਣਾਵਾਂਗੇ ਤਾਂ ਕਿ ਉਹ ਜਾ ਕੇ ਦੱਸਣ ਵੀ ਹਾਂ ਬਾਕੀ ਸਰਕਾਰ ਕੰਮ ਕੀ ਕਰ ਰਹੀ ਆ ਤੇ ਦਿਖਾ ਕੀ ਰਹੀ ਆ ਸੋ ਗੈਸਟ ਫੈਕਲਟੀ ਜੋ ਸਹਾਇਕ ਪ੍ਰੋਫੈਸਰ ਨੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਵੱਡੇ ਅਤੇ ਉਹਨਾਂ ਨੇ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹਿਆ ਕਿ ਕਿਉਂ ਐਵੇਂ ਦੇ ਨਿਯਮ ਬਣਾਏ ਜਾਂਦੇ ਨੇ ਕਿਉਂਕਿ ਉਹਨਾਂ ਕਿਹਾ ਕਿ ਲਗਾਤਾਰ ਅਸੀਂ 1 ਨਵੰਬਰ ਤੋਂ ਆਪਣੀ ਹੜਤਾਲ ਤੇ ਬੈਠਿਆ ਤੇ ਇਹ ਹੜਤਾਲ ਜਾਰੀ ਰਹੇਗੀ ਅਤੇ ਵੱਡਾ ਪ੍ਰਦਰਸ਼ਨ ਅਜਨਾਬਾ ਵਿਖੇ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਵੱਡੇ ਪ੍ਰਦਰਸ਼ਨ ਹੋਰ ਵੀ ਕੀਤੇ ਜਾਣਗੇ ਭੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ